ਅੱਜ ਅਸੀਂ ਹਾਰ ਕੇ ਜੱਸੀ ਜਸਰਾਜ, ਮੈਂ ਅਸਤੀਫਾ ਦੇ ਰਿਹਾ ਆਮ ਆਦਮੀ ਪਾਰਟੀ ਦੇ। ਸਾਰੀਆਂ ਜੋ ਵੀ ਮੈਨੂੰ ਕੋਈ ਅਹੁਦੇ ਸੀ ਸਾਰੀਆਂ ਚੀਜ਼ਾਂ ਤੋਂ, ਪ੍ਰਾਇਮਰੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ। ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਮੈਂ ਆਗਾਹ ਕਰਦਾ ਅਤੇ ਵਾਰਨ ਕਰਦਾ ਕਿ ਮੇਰੇ ਗੀਤ ਤੁਸੀਂ ਆਪਣੀ ਕਿਸੇ ਕੰਪੇਨਿੰਗ ਦੇ ਵਿੱਚ ਨਹੀਂ ਚਲਾਓਗੇ। 5 ਕਰੋੜ ਰੁਪਏ ਦਾ ਇੱਕ ਵਾਰ ਜੇ ਤੁਸੀਂ ਪਲੇ ਕੀਤਾ ਸਾਡਾ ਗਾਣਾ ਕਿਤੇ ਵੀ, ਅਸੀਂ ਤੁਹਾਡੇ 'ਤੇ ਦਾਅਵਾ ਠੋਕਾਂਗੇ। ਕੇਜਰੀਵਾਲ ਭਗਵੰਤ ਮਾਨ ਮਾਫ਼ੀ ਮੰਗ ਲੈਂਦੇ ਰਾਦਰ ਦੈਨ ਦਾਰੂ ਛੱਡਣ ਦੇ। ਇੱਕ ਦਾਰੂ ਨਾਲ ਇਕੱਲਾ ਭਗਵੰਤ ਡੁੱਬਦਾ, ਤੁਹਾਡੇ ਹੰਕਾਰ ਨਾਲ ਮੇਰਾ ਪੰਜਾਬ ਡੁੱਬਦਾ। ਆਮ ਆਦਮੀ ਪਾਰਟੀ ਦੇ ਜੱਸੀ ਜਸਰਾਜ ਹੁਣ ਆਮ ਆਦਮੀ ਪਾਰਟੀ ਦੇ ਨਹੀਂ ਰਹੇ, ਕਿਉਂਕਿ ਜੱਸੀ ਜਸਰਾਜ ਵੱਲੋਂ ਹੁਣ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਗਿਆ। ਇਸ ਦੀ ਜਾਣਕਾਰੀ ਜੱਸੀ ਜਸਰਾਜ ਵੱਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਗਈ ਹੈ। ਜੱਸੀ ਜਸਰਾਜ ਵੱਲੋਂ ਪਾਰਟੀ ਛੱਡਣ ਤੋਂ ਬਾਅਦ ਆਮ ਆਦਮੀ ਪਾਰਟੀ ਬਾਰੇ ਕਈ ਖੁਲਾਸੇ ਵੀ ਕੀਤੇ ਗਏ ਨੇ। ਅਸੀਂ ਤਨ ਮਨ ਧਨ ਤੋਂ ਲੜੇ ਅਰਵਿੰਦ ਕੇਜਰੀਵਾਲ ਨੇ, ਜਿਨ੍ਹਾਂ ਨੇ ਸਾਰੇ ਪੰਜਾਬ ਦਾ ਚੱਕਰ 10-11-12 ਅਪ੍ਰੈਲ ਨੂੰ ਉਹਨਾਂ ਦੇ ਨਾਲ ਚਲਾਇਆ ਸੀ 2014 'ਚ, ਬਟ ਉਹ ਬਠਿੰਡੇ ਨਹੀਂ ਆਏ ਅਤੇ 25 ਕਿਲੋਮੀਟਰ ਦੂਰ ਸੁਨਾਮ ਤੋਂ, ਬਠਿੰਡੇ ਦੀ ਹੱਦ ਤੋਂ ਉਹ ਵਾਪਸ ਮੁੜ ਗਏ। ਕਹਿੰਦੇ ਜੱਸੀ ਜੀ ਮੈਂ ਆ ਨਹੀਂ ਪਾਊਂਗਾ ਜੀ, ਆਪਕੇ ਸ਼ਡਿਊਲ ਮੈਂ ਨਹੀਂ ਹੈ। ਮੈਂ ਉਹਨਾਂ ਨੂੰ ਉਦੋਂ ਵੀ ਕਿਹਾ ਸੀਗਾ ਦਰਬਾਰ ਸਾਹਿਬ ਬੈਠ ਕੇ ਕੇਜਰੀਵਾਲ ਸਾਹਿਬ ਨੂੰ, ਮੈਂ ਕਿਹਾ ਜੀ ਲੋਕਾਂ ਦਾ ਗੁੱਸਾ ਬਾਦਲਾਂ ਪ੍ਰਤੀ ਹੈ, ਲੋਕਾਂ ਦਾ ਗੁੱਸਾ ਬਾਦਲ ਸਰਕਾਰ ਦੀਆਂ ਨੀਤੀਆਂ ਪ੍ਰਤੀ ਹੈ, ਲੋਕਾਂ ਦਾ ਗੁੱਸਾ ਬਾਦਲਾਂ ਵੱਲੋਂ ਕੀਤੀ ਲੁੱਟ ਖਸੁੱਟ ਜ਼ੁਲਮ ਦੇ ਵਿਰੁੱਧ ਹੈ। ਅਤੇ ਜੇ ਤੁਸੀਂ ਬਾਦਲਾਂ ਦੇ ਰਾਜ ਵਿੱਚ ਬਠਿੰਡਾ ਨਹੀਂ ਆਉਂਗੇ, ਜਿੱਥੇ ਲੋਕ ਹਰਸਿਮਰਤ ਬਾਦਲ ਨੂੰ ਹਾਰਦਾ ਦੇਖਣਾ ਚਾਹੁੰਦੇ ਆ, ਤਾਂ ਸਾਡਾ ਵੋਟ ਬੈਂਕ ਸਾਰੇ ਪਾਸੇ ਘਟੂਗਾ, ਸਾਨੂੰ ਨੁਕਸਾਨ ਹੋਊਗਾ। ਬਟ ਕੇਜਰੀਵਾਲ ਸਾਹਿਬ ਨੇ ਦਰਬਾਰ ਸਾਹਿਬ 'ਚ ਬੈਠ ਕੇ ਮੈਨੂੰ ਕਹਿਤਾ ਸੀ, ਕਹਿੰਦੇ ਵੀ ਦੇਖੋ ਜੀ ਜਿਨ੍ਹਾਂ ਨੇ ਪਲੈਨ ਬਣਾਇਆ ਹੈ ਜੱਸੀ ਜੀ, ਉਹਨਾਂ ਨੇ ਸੋਚ ਕੇ ਹੀ ਬਣਾਇਆ ਹੋਗਾ, ਅਗਰ ਉਹਨਾਂ ਨੇ ਬਠਿੰਡਾ ਨਹੀਂ ਰੱਖਾ ਤਾਂ ਮੈਂ ਕਿਆ ਕਰ ਸਕਦਾ ਹੂੰ। ਮੈਂ ਕਿਹਾ ਜੀ ਉਹ ਪਲੈਨ ਵਾਲੇ ਦਿੱਲੀ ਬੈਠੇ ਆ, ਇਹ ਪੰਜਾਬ ਹੈ। ਮੈਂ ਕਿਹਾ ਸ਼ਤਰੰਜ ਮੇਂ ਰਾਜਾ ਮਾਰਾ ਜਾਤਾ ਹੈ, ਪਿਆਦੋਂ ਕੋ ਮਾਰ ਕੇ ਕੋਈ ਸੈਲੀਬ੍ਰੇਟ ਨਹੀਂ ਕਰਤਾ। ਚੰਦੂ ਮਾਜਰਾ ਜਾਂ ਢੀਂਡਸਾ ਕੇ ਖਿਲਾਫ਼ ਲੋਕੋਂ ਕਾ ਗੁੱਸਾ ਨਹੀਂ ਹੈ, ਅਨਿਲ ਜੋਸ਼ੀ ਜਾਂ ਬੀਜੇਪੀ ਕੇ ਪ੍ਰਤੀ ਲੋਕ ਨਹੀਂ ਕਹਤੇ, ਲੋਕ ਬਾਦਲੋਂ ਕੋ ਕੋਸਤੇ ਹੈ ਔਰ ਬਾਦਲੋਂ ਕੇ ਰਾਜ ਮੇਂ ਲੋਕ ਬਾਦਲੋਂ ਕਾ ਪਤਨ ਦੇਖਣਾ ਚਾਹਤੇ ਹੈ। ਪਰ ਕੇਜਰੀਵਾਲ ਸਾਹਿਬ ਨੇ ਸਾਡੀ ਇੱਕ ਨਹੀਂ ਸੁਣੀ, ਉਹ ਸੁਨਾਮ ਤੋਂ ਮੁੜੇ। ਭਗਵੰਤ ਮਾਨ ਨੂੰ ਬਹੁਤ ਵਾਰੀ ਕਿਹਾ ਸੀ ਕਿ ਭਗਵੰਤ ਤੇਰੇ ਕੋਲ ਆ ਰਹੇ ਨੇ ਬਾਈ, ਸਾਡੇ ਕੋਲ ਅੱਧਾ ਘੰਟਾ ਹੀ ਲਵਾ ਦੇ। ਭਗਵੰਤ ਮਾਨ ਦੀ ਸੀਟ ਜਿਹੜੀ ਕਿ ਪਹਿਲਾਂ ਹੀ ਹਵਾ ਬਣ ਚੁੱਕੀ ਸੀ ਅਤੇ ਉਹ ਜਿੱਤਣ ਦੇ ਕਿਨਾਰੇ ਸੀ, ਉੱਥੇ 8-9 ਘੰਟੇ ਭਗਵੰਤ ਮਾਨ ਨੇ ਉੱਥੇ ਉਲਝਾਈ ਰੱਖਿਆ ਉਹਨਾਂ ਨੂੰ, ਜਦਕਿ ਵੱਡਾ ਦਿਲ ਕਰਕੇ ਉਹ ਕ੍ਰਾਂਤੀ ਜਿਉਂਦੀ ਰਹਿ ਜਾਂਦੀ ਜੇ ਉਹ ਬਠਿੰਡੇ ਭੇਜ ਦਿੰਦਾ। ਅਤੇ ਜਿਹੜੇ ਰਿਜ਼ਲਟ ਸੰਗਰੂਰ 'ਚ ਆਏ ਸੀ 2014 'ਚ, ਜਿਹੜੇ ਉਹਦੇ ਗੁਆਂਢ ਫਰੀਦਕੋਟ 'ਚ ਆਏ ਸੀ, ਫਰੀਦਕੋਟ ਅਤੇ ਸੰਗਰੂਰ ਦੇ ਵਿਚਕਾਰ ਪੈਂਦਾ ਬਠਿੰਡਾ, ਇੱਦਾਂ ਕਿੱਦਾਂ ਹੋ ਸਕਦਾ ਵੀ ਉਰੇ ਮੀਂਹ ਪਵੇ ਅਤੇ ਠੰਡ ਬਠਿੰਡੇ ਨਾ ਜਾਵੇ, ਇੱਥੇ ਮੀਂਹ ਪਵੇ ਅਤੇ ਠੰਡ ਬਠਿੰਡੇ ਨਾ ਆਵੇ? ਜੇ ਉਸ ਬੈਲਟ ਦੇ ਵਿੱਚ ਹੀ ਕ੍ਰਾਂਤੀ ਆ ਰਹੀ ਸੀ, ਫਰੀਦਕੋਟ ਤੋਂ ਲੈ ਕੇ ਤੁਸੀਂ ਲਾ ਲਓ ਵੀ ਹਰਿੰਦਰ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ, ਪਟਿਆਲਾ ਤੋਂ ਧਰਮਵੀਰ ਗਾਂਧੀ, ਸੰਗਰੂਰ ਤੋਂ ਭਗਵੰਤ ਮਾਨ, ਉੱਧਰੋਂ ਫਰੀਦਕੋਟ ਤੋਂ ਪ੍ਰੋਫੈਸਰ ਸਾਧੂ ਸਿੰਘ ਜਿੱਤੇ। ਇੱਦਾਂ ਕੀ ਗੱਲ ਸੀ ਕਿ ਬਠਿੰਡੇ ਉਹ ਕ੍ਰਾਂਤੀ ਥੋੜ੍ਹੀਆਂ ਵੋਟਾਂ ਲੈ ਪਾਈ, ਸਿਰਫ ਕਿਉਂਕਿ ਬਾਦਲਾਂ ਨੂੰ ਰੋਕ ਹਰਾਉਣਾ ਚਾਹੁੰਦੇ ਸੀ। ਪਿੰਡਾਂ ਦੇ ਪਿੰਡਾਂ ਨੇ ਕਹਿਤਾ ਸੀ ਜੱਸੀ ਤੇਰਾ ਲੀਡਰ ਹੀ ਸੀਰੀਅਸ ਨਹੀਂ ਹੈਗਾ, ਜੇ ਤੇਰਾ ਲੀਡਰ ਹੀ ਆ ਜਾਏ ਭਗਵੰਤ ਮਾਨ ਇੱਕ ਚੱਕਰ ਲਾ ਦੇ, ਬਜ਼ੁਰਗ ਕਹਿੰਦੇ ਸੀ ਸਾਰੇ ਪਿੰਡ ਦੀ ਵੋਟ ਪਵਾ ਦਾਂਗੇ। ਮੈਂ ਭਗਵੰਤ ਨੂੰ ਕਹਿੰਦਾ ਰਿਹਾ ਮਹਾਂ ਬਾਈ ਆ ਜਾ, ਤੇਰੀ ਲੋੜ ਹੈ, ਤੂੰ ਤਾਂ ਜਿੱਤਿਆ ਪਿਆ। ਜਦੋਂ ਬਠਿੰਡੇ ਦੇ ਬਾਰਡਰ ਏਰੀਏ ਦੇ ਪਿੰਡਾਂ ਕੋਲ ਆਉਣਾ ਤਾਂ ਸਾਡੇ ਵੱਲ ਵੀ ਗੇੜਾ ਮਾਰਦੇ, ਮਹਾਂ ਮੇਰੀ ਇੱਜ਼ਤ ਰਹਿ ਜੂ ਨਾ ਜੀ। ਪੰਜਾਬੀਆਂ ਦਾ ਤਾਂ ਪਤਾ ਵੀ ਪੰਜਾਬੀ ਜਿਹੜੇ ਹੈਗੇ ਆ ਉਹ ਕਨਫਿਊਜ਼ਡ ਨੇ, ਕੀ ਕਰੀਏ, ਕਿਉਂਕਿ ਦੁੱਧ ਦਾ ਸੜਿਆ ਲੱਸੀ ਨੂੰ ਫੂਕਾਂ ਮਾਰ ਕੇ ਪੀਂਦਾ, ਵਾਂਸ ਬਿਟਨ ਟਵਾਈਸ ਸ਼ਾਏ।
ਉਹ ਵਾਲੇ ਹਾਲਾਤ ਦੇ ਵਿੱਚ ਅੱਜ ਜੋ ਆਮ ਆਦਮੀ ਪਾਰਟੀ ਦਾ ਪਤਨ ਹੋ ਰਿਹਾ ਸੀ ਉਹਦੇ ਵਿੱਚ ਵੀ ਜੱਸੀ ਜਸਰਾਜ ਨੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ 17 ਜਨਵਰੀ ਨੂੰ ਮੇਲ ਲਿਖੀ ਹੈ ਕਿ ਤੁਸੀਂ ਆ ਕੇ ਸਾਡੀ ਜਿਹੜੇ ਸਾਡੇ ਵਲੰਟੀਅਰਸ ਦੇ ਕੁਐਸਚਨ ਨੇ ਜਿਹੜੇ ਸਾਡੇ ਕੁਐਸਚਨ ਨੇ ਉਹਨਾਂ ਦਾ ਜਵਾਬ ਦੇ ਦਿਉ। ਤੁਸੀਂ ਇੱਥੇ ਆਉਣਾ ਆ ਬਰਨਾਲੇ ਰੈਲੀ 'ਤੇ, ਅਸੀਂ ਤੁਹਾਨੂੰ 17 ਤਰੀਕ ਨੂੰ ਮੇਲ ਲਿਖ ਰਹੇ ਹਾਂ, 20 ਤਰੀਕ ਨੂੰ ਤੁਹਾਡੀ ਰੈਲੀ ਹੈ, 21 ਤਰੀਕ ਤੱਕ ਦਾ ਤੁਹਾਡੇ ਕੋਲ ਸਮਾਂ ਆ। ਜੇ ਤੁਸੀਂ ਆ ਜਾਂਦੇ ਹੋ, ਸਾਡੇ ਨਾਲ ਗੱਲ ਕਰਦੇ ਹੋ, ਸਾਡੇ ਪ੍ਰਸ਼ਨਾਂ ਦਾ ਸੰਤੁਸ਼ਟੀਜਨਕ ਉੱਤਰ ਦਿੰਦੇ ਹੋ ਅਤੇ ਸੰਜੇ ਦੁਰਗੇਸ਼ ਨੂੰ ਬਣਦੀ ਸਜ਼ਾ ਦੇਣ ਨੂੰ ਤਿਆਰ ਹੋ, ਤਾਂ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਰਹਿਣ ਬਾਰੇ ਸੋਚ ਸਕਦੇ ਹਾਂ, ਨਹੀਂ ਤਾਂ ਮੈਂ ਅਸਤੀਫਾ ਦਊਂਗਾ। ਤੁਸੀਂ ਦੇਖ ਲਓ ਵੀ ਜੁਰਤ ਇਹਨਾਂ ਦੀ, ਹਾਈ ਹੈਡਡਨੈਸ ਜਿਹੜਾ ਕਹਿੰਦੇ ਆ, ਪਾਵਰ ਦਿਮਾਗ ਨੂੰ ਚੜ੍ਹੀ ਹੋਈ ਹੈ। ਐਡੇ ਪਤਨ ਦੇ ਹਾਲਾਤਾਂ ਦੇ ਵਿੱਚ ਨਾ ਕੇਜਰੀਵਾਲ ਨਾ ਭਗਵੰਤ ਕਿਸੇ ਦਾ ਫੋਨ ਨਹੀਂ ਆਇਆ। ਕਿਹਦਾ ਫੋਨ ਆਉਂਦਾ? ਜਿਹੜੇ ਉਹ ਅਹੁਦੇਦਾਰ ਨੇ, ਅਹੁਦੇਦਾਰਾਂ ਕੋਲ ਵਿਚਾਰਿਆਂ ਕੋਲ ਪਾਵਰ ਕਿੰਨੀ ਕੁ ਹੁੰਦੀ ਹੈ? ਜੱਸੀ ਬਾਈ ਨਾ ਜਾਈਂ, ਬਾਈ ਤੇਰੇ ਕਰਕੇ ਥੋੜ੍ਹੀ ਉਮੀਦ ਜੇ ਆਉਂਦੀ ਹੈ, ਬਾਈ ਆਪਾਂ ਸਾਂਭ ਲਾਂਗੇ, ਆਪਾਂ ਕਰ ਲਾਂਗੇ। ਵਲੰਟੀਅਰਸ, ਹਜ਼ਾਰਾਂ ਵਲੰਟੀਅਰਸ ਦਾ ਫੋਨ ਆਇਆ 21 ਤੋਂ ਬਾਅਦ। ਅੱਜ 28-29 ਨੂੰ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ, ਉਹ ਕਹਿੰਦੇ ਬਾਈ ਰੁਕ ਜਾ, ਅਸੀਂ ਗੱਲ ਕਰ ਰਹੇ ਹਾਂ। ਮੈਂ ਕਿਹਾ ਤੁਸੀਂ ਦੇਖ ਲਿਓ, ਲਾ ਲਿਓ ਜ਼ੋਰ, ਉਹ ਬੰਦੇ ਕਦੀ ਵੀ ਪੰਜਾਬ ਦੇ ਹਿੱਤ ਵਿੱਚ ਜੇ ਸਿਰ ਨਵਾਉਣਾ ਪੈ ਜੇ, ਜੇ ਆਪਣੀ ਗਲਤੀ ਮੰਨਣੀ ਪੈ ਜੇ, ਤਾਂ ਕੋਈ ਗੁਨਾਹ ਨਹੀਂ ਹੁੰਦਾ। ਪਰ ਨਾ ਭਗਵੰਤ ਨੇ ਤਾਂ ਕੇਜਰੀਵਾਲ ਨੇ ਸਾਨੂੰ ਇੱਕ ਵਾਰ ਅਪਰੋਚ ਨਹੀਂ ਕੀਤਾ। ਅੱਜ ਅਸੀਂ ਹਾਰ ਕੇ ਜੱਸੀ ਜਸਰਾਜ, ਮੈਂ ਅਸਤੀਫਾ ਦੇ ਰਿਹਾ ਆਮ ਆਦਮੀ ਪਾਰਟੀ ਦੇ ਸਾਰੀਆਂ, ਜੋ ਵੀ ਮੈਨੂੰ ਕੋਈ ਅਹੁਦੇ ਸੀ, ਸਾਰੀਆਂ ਚੀਜ਼ਾਂ ਤੋਂ, ਪ੍ਰਾਇਮਰੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ। ਇਸ ਮੌਕੇ ਜੱਸੀ ਜਸਰਾਜ ਵੱਲੋਂ ਆਮ ਆਦਮੀ ਪਾਰਟੀ ਨੂੰ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਵੱਲੋਂ ਗਾਏ ਗਏ ਗੀਤ ਇਨਕਲਾਬ ਹੈ ਅਤੇ ਇਨਕਲਾਬ 2 ਆਮ ਆਦਮੀ ਪਾਰਟੀ ਆਪਣੀ ਕੰਪੇਨ ਵਿੱਚ ਨਹੀਂ ਚਲਾ ਸਕਦੀ। ਜੇਕਰ ਆਮ ਆਦਮੀ ਪਾਰਟੀ ਵੱਲੋਂ ਕੋਈ ਵੀ ਗੀਤ ਆਪਣੀ ਕੰਪੇਨ ਦੌਰਾਨ ਚਲਾਇਆ ਜਾਂਦਾ ਤਾਂ ਜੱਸੀ ਜਸਰਾਜ ਵੱਲੋਂ 5 ਕਰੋੜ ਦੀ ਮਾਣਹਾਨੀ ਦਾ ਕੇਸ ਦਾਇਰ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਮੈਂ ਆਗਾਹ ਕਰਦਾ ਅਤੇ ਵਾਰਨ ਕਰਦਾ ਕਿ ਮੇਰੇ ਗੀਤ ਇਨਕਲਾਬ ਅਤੇ ਇਨਕਲਾਬ 2 ਉਹਨਾਂ ਦੀ ਇੱਕ ਲਾਈਨ ਵੀ ਤੁਸੀਂ ਆਪਣੀ ਕਿਸੇ ਕੰਪੇਨਿੰਗ ਦੇ ਵਿੱਚ ਨਹੀਂ ਚਲਾਓਗੇ। ਜੇ ਤੁਸੀਂ ਚਲਾਓਗੇ ਤਾਂ ਸਾਡੀ ਜਸਰਾਜ ਰਿਕਾਰਡਸ ਕੰਪਨੀ, ਅਸੀਂ 5 ਕਰੋੜ ਰੁਪਏ ਦਾ ਇੱਕ ਵਾਰ ਜੇ ਤੁਸੀਂ ਪਲੇ ਕੀਤਾ ਸਾਡਾ ਗਾਣਾ ਕਿਤੇ ਵੀ, ਅਸੀਂ ਤੁਹਾਡੇ 'ਤੇ ਦਾਅਵਾ ਠੋਕਾਂਗੇ। ਸਾਡੀ ਪਿਓਰਿਟੀ ਆਫ ਲਿਰਿਕਸ, ਸਾਡੀ ਪਿਓਰਿਟੀ, ਜਿਹੜੀ ਸਾਡੀ ਆਤਮਾ ਦੀ, ਜਿਹੜੇ ਬੋਲ ਲਿਖੇ ਗਏ ਨੇ, ਜਿਹੜੀ ਅਸੀਂ ਆਪਣੀ ਆਵਾਜ਼ ਦਿੱਤੀ ਹੈ, ਜਿਹੜੀ ਆਪਣੀ ਸਪੀਚ ਦਿੱਤੀ ਹੈ, ਜਿਹੜਾ ਮਿਊਜ਼ਿਕ ਦਿੱਤਾ, ਉਹਦੇ ਤੁਸੀਂ ਹੁਣ ਗਾਂ ਹੱਕਦਾਰ ਨਹੀਂ। ਇਸ ਦੇ ਨਾਲ ਹੀ ਜੱਸੀ ਜਸਰਾਜ ਵੱਲੋਂ ਕਿਹਾ ਗਿਆ ਕਿ ਉਹਨਾਂ ਵੱਲੋਂ ਇੱਕ ਗਦਰ ਫੈਡਰੇਸ਼ਨ ਵੀ ਬਣਾਈ ਗਈ ਹੈ ਅਤੇ ਇਸ ਵਿੱਚ ਉਹ ਲੋਕ ਹੀ ਸ਼ਾਮਿਲ ਕੀਤੇ ਜਾਣਗੇ ਜਿਹੜੇ ਪੰਜਾਬ ਦੇ ਲਈ ਹੰਭਲਾ ਮਾਰਨਾ ਚਾਹੁੰਦੇ ਨੇ। ਅਤੇ ਸਾਡੀ, ਅਸੀਂ ਇੱਕ ਗਦਰ ਫੈਡਰੇਸ਼ਨ ਬਣਾਈ ਹੈ ਕਿਉਂਕਿ ਕੇਜਰੀਵਾਲ ਤੋਂ ਪੀੜਿਤ ਲੋਕ ਉਹ ਹੁਣ ਫਿਰ ਛਾਂ ਲੱਭਦੇ ਫਿਰਦੇ ਆ, ਜਿਹੜੇ ਹੰਭਲਾ ਮਾਰਨਾ ਚਾਹੁੰਦੇ ਆ NRI, ਜਿਹੜੇ ਇੱਥੋਂ ਦੇ ਲੋਕ ਹੰਭਲਾ ਮਾਰਨਾ ਚਾਹੁੰਦੇ ਆ, ਜਿਹੜੇ ਵਲੰਟੀਅਰ ਜਿਹੜੇ ਠੱਗੇ ਹੋਏ ਨੇ ਉਹ ਸਾਰੇ ਹੰਭਲਾ ਮਾਰਨਾ ਚਾਹੁੰਦੇ ਆ ਕਿ ਆਓ ਯਾਰ ਪੰਜਾਬ ਨੂੰ ਇੱਕ ਨਵੀਂ ਨਿਹਾਰ ਦੇਈਏ। ਉਹਨਾਂ ਸਾਰੇ ਵਲੰਟੀਅਰਸ ਦੀ ਮੇਰੇ ਨਾਲ ਰਾਬਤਾ ਕਾਇਮ ਹੈ ਇੰਟਰਨੈਸ਼ਨਲੀ। ਉਹ ਸਾਰੇ, ਕੋਈ ਕਹਿੰਦਾ ਬਾਈ ਇੱਧਰ ਚੱਲ ਜਾ ਹੁਣ ਇਹਨੂੰ ਜੁਆਇਨ ਕਰ ਲਾ, ਕੋਈ ਉੱਧਰ ਚੱਲ ਜਾ ਉੱਧਰ ਜੁਆਇਨ ਕਰ ਜਾ, ਕਿਉਂਕਿ ਉਹਨਾਂ ਨੂੰ ਸੱਚ ਨਹੀਂ ਪਤਾ ਹੁੰਦਾ। ਅਸੀਂ ਸੱਚ ਪਰਖ ਕੇ ਆਪਣੀ ਗਦਰ ਫੈਡਰੇਸ਼ਨ ਦੇ ਜਿਹੜੇ ਨੁਮਾਇੰਦੇ ਨੇ, ਜਿਹੜੇ ਸਾਡੇ ਸੁਚੱਜੇ ਦਿਮਾਗ ਨੇ, ਕਿਉਂਕਿ ਮੈਨੂੰ ਸਿਆਸਤ ਨਹੀਂ ਆਉਂਦੀ, ਉਹ ਸੁਚੱਜੇ ਦਿਮਾਗ ਕਹਿੰਦੇ ਵੀ ਹਲੇ ਜੱਸੀ ਕਾਹਲੀ ਨਹੀਂ ਕਰਨੀ, ਅਸੀਂ ਉਹਨਾਂ ਨੂੰ ਟਣਕਾ ਕੇ ਦੇਖਾਂਗੇ ਜਿਹੜੇ ਅੱਜ ਕਹਿੰਦੇ ਹੁਣ ਅਸੀਂ ਪੰਜਾਬ ਬਚਾਵਾਂਗੇ, ਅਸੀਂ ਜਾ ਕੇ ਆਵਾਂਗੇ ਉਹਨਾਂ ਕੋਲ, ਕਿਉਂਕਿ ਹੋ ਸਕਦਾ ਉਹਨਾਂ ਨੂੰ ਸਿਆਸਤ ਦਾ ਤਜਰਬਾ ਸਾਡੇ ਨਾਲੋਂ ਜ਼ਿਆਦਾ ਹੋਵੇ, ਹੋ ਸਕਦਾ ਉਹਨਾਂ ਨੇ ਉੱਚੀਆਂ ਪਦਵੀਆਂ ਕਿਸੇ ਪਾਰਟੀ 'ਚ ਮਾਣ ਕੇ, ਉਹਨਾਂ ਨੂੰ ਪਤਾ ਹੋਵੇ ਕਿਵੇਂ ਗੰਢ ਧੁੱਪ ਹੁੰਦੀ ਹੈ। ਪਰ ਹਾਂ, ਉਹਨਾਂ 'ਚੋਂ ਕਿਸੇ ਨੂੰ ਵੀ ਇਹ ਨਹੀਂ ਪਤਾ ਕਿ ਯਾਰ ਜਿਹੜੀ ਰੈਵੋਲੂਸ਼ਨਰੀ ਸਪਿਰਿਟ ਹੈ,
ਜਿਹੜੀ ਲੋਕਾਂ 'ਚ ਇੱਕ ਦੁਬਾਰਾ ਇੱਕ ਢਹਿ ਢੇਰੀ ਹੋਏ ਹੌਂਸਲਿਆਂ ਨੂੰ ਦੁਬਾਰਾ ਚੱਕਣ ਲਈ, ਉਹ ਸਪਿਰਿਟ ਉਹਨਾਂ ਕੋਲ ਹੋ ਨਹੀਂ ਸਕਦੀ, ਕਿਉਂਕਿ ਇਹ ਜਾਂ ਤਾਂ ਬੰਦਾ ਕੋਈ ਬਚਪਨ 'ਚ ਲੈ ਕੇ ਪੈਦਾ ਹੁੰਦਾ, ਉਹ ਦੂਜੀਆਂ ਪਾਰਟੀਆਂ ਦੀ ਜੂਠ ਖਾ ਕੇ ਛੇਤੀ ਛੇਤੀ ਉਹ ਮਰ ਜਾਂਦੀ ਹੈ। ਸੋ ਅਸੀਂ ਉਹ ਗਦਰ ਫੈਡਰੇਸ਼ਨ ਦੇ ਤਹਿਤ ਉਹਨਾਂ ਸਾਰਿਆਂ ਕੋਲ ਜਾਵਾਂਗੇ ਜਿਹੜੇ ਅੱਜ ਕਹਿੰਦੇ ਆ ਜੀ ਅਸੀਂ ਹੁਣ ਅਸੀਂ ਪੰਜਾਬ ਬਚਾਵਾਂਗੇ, ਉਹ ਨਹੀਂ ਬਚਾ ਪਾਏ। ਇਸ ਦੇ ਨਾਲ ਹੀ ਜੱਸੀ ਜਸਰਾਜ ਵੱਲੋਂ ਕਿਹਾ ਗਿਆ ਕਿ ਆਮ ਆਦਮੀ ਪਾਰਟੀ 'ਚ ਪਈ ਫੁੱਟ ਤੋਂ ਬਾਅਦ ਹੁਣ ਇਸ ਸਾਰੇ ਘਟਨਾਕ੍ਰਮ 'ਤੇ ਫਿਲਮ ਵੀ ਬਣਾਈ ਜਾਵੇਗੀ, ਅਤੇ ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਤਾਂ ਗੁਰਪ੍ਰੀਤ ਘੁੱਗੀ ਨੂੰ ਵੀ ਸਮਝਾਇਆ ਗਿਆ ਸੀ ਪਰ ਗੁਰਪ੍ਰੀਤ ਘੁੱਗੀ ਨੇ ਵੀ ਉਹਨਾਂ ਦੀ ਕੋਈ ਵੀ ਗੱਲ ਨਾ ਸੁਣੀ, ਜਿਸ ਦਾ ਉਹਨਾਂ ਨੂੰ ਖਮਿਆਜ਼ਾ ਭੁਗਤਣਾ ਪਿਆ। ਨਹੀਂ ਮੇਰੇ ਇਹ ਮੈਨੂੰ ਜਿਹੜੇ ਮੇਰੇ ਵੈਲ ਵਿਸ਼ਰ ਆ ਉਹ ਕਹਿੰਦੇ ਆ ਬਾਈ ਤੂੰ ਗਲਤੀ ਕੀਤੀ ਹੈ ਵੀ ਜਿਹੜਾ ਤੂੰ ਇਹਨਾਂ ਦਿਨਾਂ 'ਚ 5 ਸਾਲਾਂ 'ਚ ਕੋਈ ਫਿਲਮ ਜਾਂ ਗੀਤ ਨਹੀਂ ਕੀਤਾ, ਪਰ ਜਸਟ ਬਿਕੋਜ਼ ਆਫ ਇਮੋਸ਼ਨਸ, ਕਿਉਂਕਿ ਜਦੋਂ ਤੁਸੀਂ ਐਡਾ ਵੱਡਾ ਕੋਈ ਇੱਕ ਰੈਵੋਲਿਊਸ਼ਨ ਡੁੱਬਦੀ ਦੇਖਦੇ ਹੋ, ਇੰਨੇ ਸਾਡੇ ਪੰਜਾਬ ਦਾ ਭਵਿੱਖ ਡੁੱਬਦਾ ਦੇਖਦੇ ਹੋ, ਤਾਂ ਜਿਹੜਾ ਤੁਹਾਡਾ ਇਮੋਸ਼ਨਲ ਮਾਇੰਡ ਹੈ, ਜਿਹੜਾ ਇੱਕ ਜਜ਼ਬਾਤੀ ਕਲਾਕਾਰ ਆ, ਉਹ ਲਿਖਦਾ ਜ਼ਰੂਰ ਹੈ ਪਰ ਉਹਨੂੰ ਉਸ ਹਿਸਾਬ ਨਾਲ ਪੋਰਟਰੇ ਨਹੀਂ ਕਰ ਪਾਉਂਦਾ, ਤਾਂ ਇਸ ਕਰਕੇ ਅਸੀਂ ਹੁਣ ਆਵਾਂਗੇ ਵਾਪਸ, ਹੁਣ ਗੀਤ ਅਤੇ ਫਿਲਮਾਂ ਅਸੀਂ ਜ਼ਰੂਰ ਕਰਾਂਗੇ। ਉਹ ਮੇਰੇ ਤੋਂ ਇੱਕ ਮੈਂ ਮੰਨੂੰਗਾ ਵੀ ਗਲਤੀ ਹੋਈ ਹੈ, ਪਰ ਮੈਂ ਉਹਦੇ 'ਚ ਕੁਛ ਕਰ ਨਹੀਂ ਸੀ ਸਕਦਾ, ਕਿਉਂਕਿ ਇੱਕ ਜਜ਼ਬਾਤੀ ਆਦਮੀ ਲਿਖਦਾ ਜ਼ਰੂਰ ਸੀ ਪਰ ਉਹਦੇ 'ਚ ਹਿੰਮਤ ਨਹੀਂ ਸੀ ਹੁੰਦੀ ਵੀ ਕਿਵੇਂ ਕੀ ਸਮਝਾਵਾਂ ਇਹਨਾਂ ਨੂੰ, ਬਥੇਰਾ ਕੁਛ ਲਿਖਿਆ ਪਿਆ ਇਸ ਦੌਰ ਦਾ, ਫਿਲਮ ਵੀ ਬਣਾਵਾਂਗੇ ਇਸੇ ਸਾਰੇ ਘੱਲੂਘਾਰੇ 'ਤੇ ਜੋ ਇਹ ਕ੍ਰਾਂਤੀ ਕਿਉਂ ਡੁੱਬੀ ਹੈ, ਅਤੇ ਅਸੀਂ ਆਉਣ ਵਾਲੇ ਕੱਲ੍ਹ 'ਚ ਗੀਤ ਵੀ ਕੱਢਾਂਗੇ। ਨਹੀਂ ਗੁਰਪ੍ਰੀਤ ਘੁੱਗੀ ਮੈਂ ਕਹੂੰਗਾ ਵੀ ਕਲਾਕਾਰੀ ਵਾਈਜ਼ ਮੈਂ ਉਸ ਬੰਦੇ ਦਾ ਫੈਨ ਹੈ, ਮੈਂ ਰਿਸਪੈਕਟ ਕਰਦਾ, ਪਰ ਗੁਰਪ੍ਰੀਤ ਘੁੱਗੀ ਜਦੋਂ ਵੇਵ ਬਣ ਗਈ ਉਦੋਂ ਆ ਗਏ, ਜਦੋਂ ਵੇਵ ਉਤਰ ਗਈ ਉਦੋਂ ਉਤਰ ਗਏ, ਤਾਂ ਇਹ ਘੁੱਗੀ ਸਾਹਿਬ ਨੂੰ ਉਦੋਂ ਗੁਰਪ੍ਰੀਤ ਸਿੰਘ ਵੜੈਚ ਵੀ ਬਣੇ ਗੁਰਪ੍ਰੀਤ ਸਿੰਘ ਘੁੱਗੀ ਤੋਂ, ਅਤੇ ਘੁੱਗੀ ਵੀ ਰਹਿ ਨਹੀਂ, ਜੇ ਖੜ੍ਹਨਾ ਸੀ ਤਾਂ ਫਿਰ ਨਾਲ ਖੜ੍ਹਦਾ, ਜੇ ਕਹਿਣਾ ਸੀ ਤਾਂ ਮੈਂ ਤਾਂ ਤੈਨੂੰ ਵੀ ਸੱਚ ਦੱਸਿਆ ਸੀ ਵੀ ਬਾਈ ਇਹ ਗਲਤ ਕਰ ਰਹੇ ਨੇ, ਕਲਾਕਾਰ ਭਰਾਵਾ ਪ੍ਰਧਾਨ ਹੈ, ਜੇ ਛੋਟੇਪੁਰ ਨੂੰ ਪ੍ਰਧਾਨਗੀ ਵੇਲੇ ਉਹਦਾ ਮੋਢਾ ਵਰਤ ਕੇ, ਛੋਟੇਪੁਰ ਨੇ ਵੀ ਉਦੋਂ ਆਪ ਉਦਰੀਆਂ ਹਰਕਤਾਂ ਕੀਤੀਆਂ ਜਦੋਂ ਸਾਨੂੰ ਕੱਢਿਆ, ਅਸੀਂ ਕਿਹਾ ਸੀ ਛੋਟੇਪੁਰ ਸਾਹਿਬ ਇਹ ਹੋਰ ਤੁਹਾਡੇ ਨਾਲ ਵੀ ਜਾਣੀ ਹੈ, ਲਾਈਵ ਕਿਹਾ ਸੀ, ਅਤੇ 4 ਮਹੀਨੇ ਨਹੀਂ ਟੱਪੇ ਛੋਟੇਪੁਰ ਸਾਹਿਬ ਨਾਲ ਵੀ ਉਹੀ ਹੋਈ। ਗੁਰਪ੍ਰੀਤ ਘੁੱਗੀ ਨੂੰ ਵੀ ਕਿਹਾ ਵੀ ਜੇ ਸਾਡੇ ਨਾਲ ਹੋਗੀ ਜਿਨ੍ਹਾਂ ਨੇ ਪਾਰਟੀ ਬਣਾਈ ਹੈ ਪੰਜਾਬ 'ਚ, ਜਿਨ੍ਹਾਂ ਨੇ ਬਾਦਲਾਂ ਦੇ ਵਿਰੁੱਧ ਆਪਣੇ ਕੈਰੀਅਰ ਕੁਰਬਾਨ ਕੀਤੇ ਨੇ, ਵੀ ਵੀਰ ਹੋ ਤੇਰੇ ਨਾਲ ਵੀ ਜਾਣੀ ਹੈ, ਪਰ ਜਦੋਂ ਜਿਹਦੇ ਕੋਲ ਪ੍ਰਧਾਨਗੀ ਆਉਂਦੀ ਹੈ ਦੁਖਾਂਤ ਹੈ ਪੰਜਾਬੀਆਂ ਦਾ, ਜਿਹਨੂੰ ਚੌਧਰ ਮਿਲਦੀ ਹੈ ਉਹ ਕਹਿੰਦਾ ਹੁਣ ਮੇਰੇ ਵਰਗਾ ਕੋਈ ਨਹੀਂ, ਮੈਨੂੰ ਕਿਸੇ ਨੇ ਨਹੀਂ ਲਾਉਣਾ। ਸਾਰੇ ਪੁਰਾਣਾ ਇਤਿਹਾਸ ਪੜ੍ਹਿਆ ਨਹੀਂ ਹੋਇਆ ਕਈ ਲੋਕਾਂ ਨੇ ਕਿ ਸਾਡੇ ਪੰਜਾਬੀਆਂ ਨਾਲ ਧੋਖੇ ਪਿੱਠ 'ਚ ਛੁਰੇ ਇੱਦਾਂ ਹੀ ਵੱਜੇ ਨੇ, ਸਾਨੂੰ ਵੰਡ ਵੰਡ ਕੇ ਸਾਡੇ ਜੁੱਤੀਆਂ ਮਾਰੀਆਂ ਗਈਆਂ ਨੇ, ਅਤੇ ਅੱਜ ਤੱਕ ਉਹੀ ਪ੍ਰਥਾ ਚੱਲਦੀ ਪਈ ਹੈ। ਬੋਲਦੇ ਹੋਏ ਜੱਸੀ ਜਸਰਾਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਬਰਨਾਲਾ ਰੈਲੀ ਵਿੱਚ ਭਗਵੰਤ ਮਾਨ ਦੀ ਸ਼ਰਾਬ ਛੁਡਾਉਣ ਦੀ ਥਾਂ ਜੇਕਰ ਹੰਕਾਰ ਛੱਡ ਦਿੱਤਾ ਜਾਂਦਾ ਅਤੇ ਪੰਜਾਬ ਤੋਂ ਮੁਆਫ਼ੀ ਮੰਗ ਲਈ ਜਾਂਦੀ ਤਾਂ ਸ਼ਾਇਦ ਆਮ ਆਦਮੀ ਪਾਰਟੀ ਦਾ ਭਲਾ ਹੋ ਜਾਣਾ ਸੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਹੰਕਾਰ ਨਾ ਛੱਡਣਾ ਪੰਜਾਬ ਨੂੰ ਡੁਬੋ ਰਿਹਾ ਅਤੇ ਜੇਕਰ ਭਗਵੰਤ ਮਾਨ ਸ਼ਰਾਬ ਨਾ ਛੱਡਦਾ ਤਾਂ ਸਿਰਫ ਭਗਵੰਤ ਮਾਨ ਨਹੀਂ ਡੁੱਬਣਾ ਸੀ। ਆਮ ਆਦਮੀ ਪਾਰਟੀ ਦਾ ਭਵਿੱਖ ਤਾਂ ਜੀ, ਜੇ ਕਿਤੇ ਬਰਨਾਲੇ ਦੀ ਰੈਲੀ ਦੇ ਵਿੱਚ ਕੇਜਰੀਵਾਲ, ਅਸੀਂ ਕਿਹਾ ਸੀ ਮਾਫ਼ੀ ਮੰਗ ਲਓ ਪੰਜਾਬੀਆਂ ਤੋਂ, ਜਦੋਂ 28 ਸੀਟਾਂ ਵਾਲੀ ਸਰਕਾਰ ਕੇਜਰੀਵਾਲ ਸਾਹਿਬ ਨੇ ਛੱਡੀ ਸੀ ਤਾਂ ਉਹ ਤੋਂ ਬਾਅਦ ਉਹਨਾਂ ਨੇ ਮਾਫ਼ੀ ਮੰਗੀ ਸੀ, ਜਦੋਂ ਲੋਕ ਸਭਾ 'ਚ ਇੱਕ ਵੀ ਸੀਟ ਨਹੀਂ ਸੀ ਆਈ, ਦਿੱਲੀ ਵਾਸੀਓ ਮੁਝੇ ਮਾਫ਼ ਕਰ ਦਿਉ, ਜਦੋਂ ਦੂਜੀਆਂ ਪਾਰਟੀਆਂ ਨੇ ਉਹਨਾਂ ਨੂੰ ਭਗੌੜਾ ਕਿਹਾ ਸੀ, ਮੈਂ ਕਿਹਾ ਉਹਨਾਂ ਨੂੰ, ਮੈਂ ਕਿਹਾ ਇੱਥੇ ਵੀ ਪੰਜਾਬੀਆਂ ਤੋਂ ਮਾਫ਼ੀ ਮੰਗ ਲਓ, ਕਹਿ ਦਿਉ ਸਾਡੇ ਤੋਂ ਗਲਤੀ ਹੋਈ ਹੈ, ਕਹਿ ਦਿਉ ਕਿ ਹਾਂ ਯਾਰ ਸੰਜੇ ਦੁਰਗੇਸ਼ ਨੂੰ ਮੈਂ ਖਾਰਜ ਕਰਦਾ ਆਮ ਆਦਮੀ ਪਾਰਟੀ 'ਚੋਂ, ਦੋ ਬੰਦਿਆਂ ਪਿੱਛੇ ਤੂੰ ਪੂਰਾ ਪੰਜਾਬ ਨਾ ਗਵਾ, ਪਰ ਅਰਵਿੰਦ ਕੇਜਰੀਵਾਲ ਨੂੰ ਉਹ ਦੋ ਬੰਦੇ ਪਿਆਰੇ ਨੇ, ਪੰਜਾਬ ਪਿਆਰਾ ਨਹੀਂ।
ਜੇ ਕਿਤੇ ਬਰਨਾਲੇ ਦੀ ਰੈਲੀ 'ਚ ਜਿਹੜੀ 20 ਤਰੀਕ ਨੂੰ ਹੋਈ ਹੈ 20 ਜਨਵਰੀ ਨੂੰ ਕੇਜਰੀਵਾਲ ਭਗਵੰਤ ਮਾਨ ਮਾਫ਼ੀ ਮੰਗ ਲੈਂਦੇ ਰਾਦਰ ਦੈਨ ਦਾਰੂ ਛੱਡਣ ਦੇ, ਆਪਣਾ ਹੰਕਾਰ ਛੱਡ ਦਿੰਦੇ, ਆਪਣੀ ਈਗੋ ਛੱਡ ਦਿੰਦੇ, ਪੰਜਾਬ ਨੂੰ ਉੱਤੇ ਰੱਖ ਲੈਂਦੇ। ਇੱਕ ਦਾਰੂ ਨਾਲ ਇਕੱਲਾ ਭਗਵੰਤ ਡੁੱਬਦਾ, ਤੁਹਾਡੇ ਹੰਕਾਰ ਨਾਲ ਮੇਰਾ ਪੰਜਾਬ ਡੁੱਬਦਾ। ਸੋ ਜੱਸੀ ਜਸਰਾਜ ਵੱਲੋਂ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਹੁਣ ਲਗਾਏ ਗਏ ਇਹਨਾਂ ਨਿਸ਼ਾਨਿਆਂ ਤੋਂ ਬਾਅਦ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਦੇ ਬਿਆਨ ਵੀ ਸਾਹਮਣੇ ਆਉਣ ਵਾਲੇ ਨੇ ਅਤੇ ਜੱਸੀ ਜਸਰਾਜ ਦੇ ਇਹਨਾਂ ਬਿਆਨਾਂ ਤੋਂ ਬਾਅਦ ਵਿਰੋਧੀਆਂ ਦੇ ਨਿਸ਼ਾਨੇ 'ਤੇ ਵੀ ਆਮ ਆਦਮੀ ਪਾਰਟੀ ਆ ਗਈ ਹੈ। ਬਿਊਰੋ ਰਿਪੋਰਟ, ਪੰਜਾਬੀ ਲੁੱਕ ਚੈਨਲ।